जी अस्सलाम वालेकुम, वेलकम बैक टू अ ब्रांड न्यू फिल्म। ਅਸੀਂ ਉੱਠੇ ਹਾਂ ਅਤੇ ਬਾਕੀ ਹੈ ਹੁਣ ਜਿਹੜਾ ਨਾ ਅਸੀਂ ਅੱਜ ਨਾਸ਼ਤੇ ਦੀ ਤਿਆਰੀ ਕਰ ਰਹੇ ਹਾਂ ਅਤੇ ਮੈਂ ਚਲੋ ਥੋੜ੍ਹਾ ਸ਼ੇਕ ਬਣਿਆ ਅਤੇ ਦੋ ਪੀ ਲਈ ਅਤੇ ਬਾਕੀ ਹੈ ਕਿ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਜਿਹੜਾ ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਅੱਗੇ ਤੋਂ ਸਾਰਾ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਇਨਸ਼ਾਅੱਲਾ ਆਸਾਨੀ ਨਾਲ ਪਹੁੰਚ ਜਾਏ। ਅਸੀਂ ਤਾਂ ਵੀਊ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਅਤੇ ਬਾਕੀ ਹੈ ਕਿ ਇਨਸ਼ਾਅੱਲਾ ਜਿਹੜਾ ਦੁਕਾਨ 'ਤੇ ਜਾ ਕੇ ਮਿਲਦੇ ਹਾਂ। ਬਾਦਸ਼ਾਹ ਵੀ ਹੈ ਕੁਰਸੀ ਤੇ ਬਾਦਸ਼ਾਹ ਦਾ ਸਿਧਾਣਾ ਰੱਖ ਕੇ ਤੇਰੇ ਥੱਲੇ ਬੈਠ ਗੱਦੀ ਮਸ਼ੀਨ ਹੋ ਰਹੀ ਹੈ। ਹਮ ਗੱਦੀ ਮਸ਼ੀਨ ਹੋ ਗਈ। ਜਦੋਂ ਹੁਣ ਅਸੀਂ ਘਰ ਪਹੁੰਚਿਆ ਤਾਂ ਬਾਕੀ ਹੈ ਕਿ ਉਹ ਤਾਰ ਸ਼ਾਰ ਸੜੀ ਦੀ ਲਾਈਟਾਂ ਜਿਹੜੀਆਂ ਅਸੀਂ ਚਲਾਉਣੀਆਂ ਸਨ ਅਤੇ ਉਹ ਅੱਜ ਹਸਨ ਭਾਈ ਨੇ ਉੱਥੇ ਲਿਆਦਾ, ਮੈਂ ਚਲੋ ਥੋੜ੍ਹਾ ਜਿਹਾ ਕੰਮ ਕਰਵਾ ਕੇ ਅਸੀਂ ਤਾਰ ਸ਼ਾਰ ਲਵਾ ਲਈਏ ਅਤੇ ਬਲਾਲ ਭਾਈ ਆਏ। ਬਲਾਲ ਭਾਈ ਕੀ ਹਾਲ ਹੀ ਠੀਕ ਹੋ ਹੋਰ ਸੁਣਾਓ, ਹੈ ਕੀ ਝਗੜਾ ਵਾਲਾ ਕੰਮ ਕੀਤਾ ਅੱਜ? ਦੁਲਾ ਕਿੱਥੇ ਗਰਾਊਂਡ ਗਿਆ? ਅੱਛਾ ਅੱਛਾ, ਚਲੋ ਹੁਣ ਅਸੀਂ ਜਿਹੜਾ ਉੱਤੇ ਚੱਲੇ ਹਾਂ ਕਿਉਂਕਿ ਅੱਧੀਆਂ ਲਾਈਟਾਂ ਚੱਲਦੀ ਪਿਆ ਨੇ ਅਤੇ ਅੱਧੀਆਂ ਲਾਈਟਾਂ ਜਿਹੜੀਆਂ ਨੇ ਉਹ ਵਾਇਰ ਦੀ ਵਜ੍ਹਾ ਨਾਲ ਨਾ ਵਾਇਰ ਖਰਾਬ ਹੋ ਗਈ, ਉਹ ਵਾਇਰ ਦੀ ਵਜ੍ਹਾ ਨਾਲ ਨਹੀਂ ਚੱਲ ਰਹੀਆਂ ਅਤੇ ਹੁਣ ਅਸੀਂ ਉੱਤੇ ਜਾ ਰਹੇ ਹਾਂ ਅਤੇ ਥੋੜ੍ਹੀ ਜਿਹੀ ਇਨਸ਼ਾਅੱਲਾ ਤਾਰ ਨਵੀਂ ਲਿਆਂਦੀ, ਤਾਰ ਲਾ ਕੇ ਇਨਸ਼ਾਅੱਲਾ ਜਿਹੜਾ ਤੁਹਾਨੂੰ ਦੱਸਾਂਗੇ। ਹੁਣ ਸੁਣਾ ਕੀ ਹਾਲ ਹੈ? ਠੀਕ ਹੋ ਜੀ। ਠੀਕ ਹੋ? ਲਾਈਟ ਲੱਗਦੀ ਹੈ। ਨੈਟ ਲੱਗਦੀ ਹੈ? ਜੀ
ਹਾਂਜੀ ਦੁੱਲਾ ਹੈ ਅਬੂ ਲਾਇਆ ਜੀ ਹੁਣ ਠੀਕ ਹੈ ਮਹਿਫਲ ਸੀ ਅੱਜ ਨਾ ਅਸਲ ਵਿੱਚ ਡੇਰੇ ਨਾ ਅਤੇ ਉਹ ਤਾਂ ਮਹਿਫਲ 'ਤੇ ਲਾਇਆ ਸੀ ਅਤੇ ਮੈਂ ਘੁੰਮ ਚਲੋ ਜਾਂਦੇ ਹਾਂ ਅਤੇ ਰੋਟੀ ਰੂਟੀ ਵੀ ਖਾਣੀ ਹੈ ਅਤੇ ਸਮਾਨ ਭਾਈ ਬਲਾਲ ਦੇ ਸਮਾਨ ਭਾਈ ਪਿੱਛੇ ਬੈਠੇ ਹੋਏ ਨੇ ਜਿੱਥੇ ਵੀ ਜਾਏਗਾ ਜਿੱਥੇ ਭਾਵੇਂ ਸਲਾਮ ਬਜਾਏ ਅੱਧਾ ਖਰਚਾ ਮੇਰਾ ਉਹ ਸਬਾਨ ਸਬਾਨ ਦੇ ਐਕਸ਼ਨ ਦੱਸ ਹੋਇਆ ਥਾਲੀ ਘਰ ਹੈ ਕੀ ਸਲਾਹ ਏ ਕੀ ਸਲਾਹ ਏ ਵੀਡੀਓ ਬਣਾਉਂਦੇ ਆ ਇਸ ਦਾ ਮਤਲਬ ਹੈ ਨਾ ਜੀ ਨਹੀਂ ਤੇ ਦੁੱਲਾ ਭਾਈ ਅਹਿਮਦ ਸਾਹਿਬ ਇਨਾਮ ਸੁਭਾਨ ਚਾਹੀਦਾ ਕੀ ਹੈ।